ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਰੈਂਡਸ, ਕਿਵੇਂ ਹੋ ਤੁਸੀਂ ਸਾਰੇ? ਮੈਂ ਹਰਮੀਤ, ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ। ਅਤੇ ਅੱਜ ਹੈ ਜੀ 20 ਨਵੰਬਰ, ਅਤੇ ਜਿਹੜੀ ਮੈਂ ਵੀਡੀਓ ਕਰ ਰਹੀ ਹਾਂ, ਐਡਿਟ ਕਰ ਰਹੀ ਹਾਂ 20 ਨਵੰਬਰ ਨੂੰ, ਅਤੇ ਇਹ ਇੱਕ ਦੋ ਦਿਨ ਪਹਿਲਾਂ ਦੀ ਕਲਿਪਸ ਬਣੀ ਹੋਈ ਹੈਗੀ। ਅਤੇ ਇੱਥੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਵੀ ਸਾਡੇ ਇੱਕ ਕਿੱਕਰ ਹੈਗੀ ਹੈ, ਅਤੇ ਉਹ ਤੋਂ ਜਿਹੜੀ ਗੋਂਦ ਹੁੰਦੀ ਹੈਗੀ, ਦੇਸੀ ਗੋਂਦ ਵੀ, ਉਹ ਨਿਕਲ ਜੇ ਰਹੀ ਹੈ ਵੀ, ਅਤੇ ਥੱਲੇ ਵੀ ਡਿੱਗ ਰਹੀ ਹੈਗੀ। ਅਤੇ ਬਸ ਉਹ ਮੈਂ ਇੱਥੇ ਦੇਖ ਰਹੀ ਸੀਗੀ, ਨਾਲੇ ਮੈਂ ਕਿਹਾ ਚਲੋ ਮੈਂ ਦਿਖਾ ਦਾਂ ਵੀ ਕਿੱਕਰ 'ਤੇ ਵੀ ਆਪਾਂ ਨੂੰ ਫਾਇਦਾ ਹੁੰਦਾ, ਆਪਾਂ ਪੰਜੀਰੀ ਵਗੈਰਾ ਵਿੱਚ ਗੋਂਦ ਬਣਾਉਣੀ ਹੈਗੀ ਜਾਂ ਕੋਈ ਹੋਰ ਕੁਛ ਬਣਾਉਣੀ ਆ ਆਪਣੀ ਹੈਲਥ ਵਾਸਤੇ, ਉਹਦੇ ਵਿੱਚ ਵੀ ਜਿਹੜੀ ਗੋਂਦ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਇਹ ਦੇਸੀ ਗੋਂਦ ਹੈਗੀ ਹੈਗੀ, ਦੇਸੀ ਕਿੱਕਰ ਹੈਗੀ, ਅਤੇ ਉਹਦੀ ਗੋਂਦ ਵੀ ਆਪਾਂ ਨੂੰ ਘਰੇ ਹੀ ਮਿਲ ਰਹੀ ਹੈਗੀ, ਅਤੇ ਉੱਪਰ ਵੀ ਬਣੇ ਹੋਏ ਆ, ਅਤੇ ਉਹ ਜਦੋਂ ਵੀ ਨੀਚੇ ਡਿੱਗ ਜੂਗੀ ਫਿਰ, ਅਤੇ ਆਪਾਂ ਉਤਾਰਨੀ ਹੋਈ ਉਤਾਰ ਵੀ ਸਕਦੇ ਹਾਂ। ਅਤੇ ਇੱਥੇ ਖੁਸ਼ਮੀਤ ਜਿਹੜਾ ਖੇਡ ਰਿਹਾ, ਇਹਦੇ ਫਰੈਂਡਸ ਆਏ ਹੋਏ ਹੈਗੇ, ਅਤੇ ਫਰੈਂਡ ਦੇ ਸਾਰੇ ਬਾਗੜੀਆਂ ਦੇ ਬੱਚੇ ਹੈਗੇ ਆ, ਮਤਲਬ ਆਸੇ ਪਾਸੇ ਘਰ ਸਾਰੇ ਬਾਗੜੀਆਂ ਦੇ, ਉਹੀ ਬੱਚੇ ਆਉਂਦੇ ਹੈਗੇ, ਅਤੇ ਬਸ ਉਹਨਾਂ ਨਾਲ ਖੇਡ ਰਿਹਾ ਹੈਗਾ। ਅਤੇ ਇਹ ਬਸ ਮੈਂ ਥੋੜ੍ਹੀ ਜਿਹੀ ਇਹ ਦੋ ਲਾਸਟ ਦੇ 2-3 ਦਿਨ ਦੀ ਕਲਿਪਸ ਹੈਗੀ ਹੈਗੀ, ਅਤੇ ਮੈਂ ਬਲੌਗ ਵੀ ਕਾਫੀ ਟਾਈਮ ਤੋਂ ਨਹੀਂ ਪਾਇਆ ਹੈਗਾ, ਅਤੇ ਨਾ ਹੀ ਮੈਂ ਢੰਗ ਨਾਲ ਕੋਈ ਵੀਡੀਓ ਬਣਾਈ ਹੈ, ਨਾ ਹੀ ਮੈਂ ਬਲੌਗ ਪਾਇਆ ਹੈਗਾ ਕੋਈ। ਅਤੇ ਚਲੋ ਜੀ, ਅੱਜ ਮੈਂ ਕਿਹਾ ਚਲੋ ਜਿਹੜੀਆਂ ਪਈਆਂ ਹੈਗੀਆਂ ਕਲਿਪਸ, ਉਹਨਾਂ ਨੂੰ ਜੋੜ ਕੇ ਬਲੌਗ ਬਣਾ ਹੀ ਲੈਂਦੇ ਹਾਂ ਕਿ ਸ਼ੇਅਰ ਕਰ ਦਿੰਦੇ ਹਾਂ, ਰੱਖ ਕੇ ਵੀ ਕੀ ਕਰਨੀ ਹੈ ਅਤੇ ਡਿਲੀਟ ਵੀ ਕਿਉਂ ਕਰਨੀ ਆ। ਅਤੇ ਇਹ ਫਰੈਂਡਸ, ਇਹ ਨੈਕਸਟ ਡੇ ਦੀ ਕਲਿਪ ਆ ਉਹ ਤੋਂ, ਅਤੇ ਇੱਥੇ ਵੀ ਸਾਡਾ ਝਾੜੂ ਵਾਲਾ ਸਾਰਾ ਕੰਮ ਹੋ ਚੁੱਕਿਆ ਸੀ, ਅਤੇ ਧੁੱਪ ਜਿਹੜੀ ਹੁਣ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਇੰਨੀ ਕੁ ਠੰਡ ਹੋ ਗਈ ਹੈ, ਅਤੇ ਆਰਾਮ ਜਿਹਾ ਮਿਲਦਾ ਗਾ ਧੁੱਪੇ ਆ ਕੇ। ਅਤੇ ਸਾਡੇ ਜੀ ਇੱਕ ਬੂਟਾ ਲੱਗਿਆ ਹੋਇਆ ਕਿੰਨੂਆਂ ਦਾ, ਅਤੇ ਉਹ ਤੋਂ ਜਿਹੜੇ ਉਹਨੂੰ ਕਾਫੀ ਕਿੰਨੂ ਲੱਗੇ ਹੋਏ ਹੈਗੇ, ਅਤੇ ਪਿਛਲੇ ਸਾਲ ਬਹੁਤ ਜ਼ਿਆਦਾ ਵੱਡੇ ਹੋ ਗਏ ਸੀ, ਜਿਵੇਂ ਸੰਤਰੇ ਹੁੰਦੇ ਉਸ ਟਾਈਪ ਦੇ ਹੋ ਗਏ ਸੀਗੇ। ਐਤਕੀ ਥੋੜ੍ਹਾ ਜਿਹਾ ਸਾਈਜ਼ ਇਹਨਾਂ ਦਾ ਛੋਟਾ ਹੈਗਾ ਗਾ, ਬਾਕੀ ਇੱਥੇ ਨਹੀਂ ਹੈਗਾ ਵੀ, ਸਾਰੇ ਹੀ ਮੌਸਮ ਕਰਕੇ ਸਾਈਜ਼ ਇਹਨਾਂ ਦਾ ਛੋਟਾ ਗਾ। ਅਤੇ ਬਟ ਅਸੀਂ ਵੀ ਹੁਣ ਡਰ ਹਜੇ ਖਾਂਦੇ ਨਹੀਂ, ਡਰਦੇ ਜੇ ਵੀ ਗਲਾ ਜਾਂ ਖਰਾਬ ਨਾ ਹੋ ਜੇ, ਬਟ ਮੈਨੂੰ ਜਿਹੜੇ ਸੰਤਰੇ ਅਤੇ ਕਿੰਨੂ ਮੇਰੇ ਫੇਵਰੇਟ ਹੈਗੇ ਆ, ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੇ ਹੈਗੇ, ਅਤੇ ਖੁਸ਼ਮੀਤ ਵੀ ਖਾ ਲੈਂਦਾ ਗਾ। ਅਤੇ ਆਪਣਾ ਤਾਂ ਵੀ ਇੱਕ ਸਾਈਡ ਜੇ ਨੂੰ ਆ ਗਿਆ ਸਾਰਾ ਜਿਹੜਾ ਫਲ ਹੈਗਾ, ਇੱਧਰਲੀ ਸਾਈਡ ਨੂੰ ਆ ਗਿਆ ਹੈਗਾ, ਮਤਲਬ ਬੂਟੇ ਦੀ ਇੱਕ ਸਾਈਡ ਨੂੰ ਆ ਗਿਆ, ਅਤੇ ਇਹਨੂੰ ਫਲ ਵੀ ਜਿਹੜਾ ਲਾਸਟ 2 ਸਾਲਾਂ ਤੋਂ ਹੀ ਲੱਗਣਾ ਸਟਾਰਟ ਹੋਇਆ ਹੋਇਆ ਸੀ, ਬੂਟਾ ਜਿਹੜਾ ਕਾਫੀ ਪੁਰਾਣਾ ਹੈਗਾ। ਅਤੇ ਇੱਥੇ ਜੀ ਖੁਸ਼ਮੀਤ ਅਤੇ ਮੈਂ, ਅਸੀਂ ਇੱਥੇ ਕੁਛ ਟਾਈਮ ਅਸੀਂ ਬੂਟੇ ਕੋਲੇ ਸੀਗੇ, ਵਧੀਆ ਲੱਗਦਾ ਜੀ ਆਪਣੇ ਘਰੇ ਕੋਈ ਫਲ ਵਾਲਾ ਬੂਟਾ ਹੈਗਾ ਅਤੇ ਉਹਨੂੰ ਫਲ ਲੱਗਦਾ, ਫਲ ਦੇਖ ਕੇ ਬੜੀ ਖੁਸ਼ੀ ਜੀ ਹੁੰਦੀ ਹੈ। ਅਤੇ ਮੈਂ ਖੁਸ਼ਮੀਤ ਨੂੰ ਕਹਿ ਰਹੀ ਸੀ, ਮੈਂ ਕਿਹਾ ਚਲੋ ਮੈਂ ਤੇਰੀ ਫੋਟੋ ਖਿੱਚ ਲੈਂਦੀ ਹਾਂ, ਅਤੇ ਬਸ ਫੋਟੋ ਕਰਾਉਣ ਦੇ ਨਾਲ ਅਤੇ ਉਹ ਮੂੰਹ ਦੀ ਜਿਹੜੀ ਸ਼ੇਪ ਉਹ ਚੇਂਜ ਕਰ ਲੈਂਦਾ ਹੈਗਾ। ਅਤੇ ਚਲੋ ਜੀ, ਹੁਣ ਜਿਹੜਾ ਮੈਂ ਵੋਇਸ ਓਵਰ ਕੱਟ ਕਰੂੰਗੀ, ਅਤੇ ਜਿਹੜੀ ਵੋਇਸ ਮੈਂ ਜ਼ਿਆਦਾ ਮਿਊਟ ਵੀ ਨਹੀਂ ਕਰੂੰਗੀ, ਜਿਵੇਂ ਓਰਿਜਿਨਲ ਹੈਗੀ ਆ ਉਵੇਂ ਹੀ ਰੱਖੂੰਗੀ ਮੈਂ। ਕਮਲਾ ਕਮਲੀ ਵੱਡੋ ਰੇਤਾ ਲੱਗ ਗਿਆ ਸਾਰੇ, ਸਾਰੇ ਰੇਤਾ ਲੱਗਿਆ ਹੋਇਆ ਸੀ ਉੱਪਰ। ਹਾਂਜੀ, ਜੂਸ ਜੂਸ ਬਣਾਈ ਅੱਜ? ਹਾਂ ਦੁੱਧ ਪਾਈਏ, ਇਹਨੂੰ ਮਾਈਏ, ਫਿਰ ਤੋੜ ਲਾਂਗੇ ਜੂਸ ਵੇਲੇ, ਵੱਡੇ ਵੱਡੇ ਆ ਜਿਹੜੇ। ਤੇ ਫਰੈਂਡਸ, ਖੁਸ਼ਮੀਤ ਚੱਲਿਆ ਸਕੂਲ, ਪਾ ਫਿਰ ਬੈਗ। ਕਦੋਂ ਪਾਇਆ ਉਹ ਲੜਕੀ ਜਾਂਦਾ ਬੈਗ ਤਾਂ ਪਿੱਛੇ? ਇਹਨੂੰ ਤਾਂ ਬੰਦ ਕਰ ਦੇ, ਮੈਂ ਤਾਂ ਇਹਦੇ ਵਿੱਚ ਪਾ ਕੇ ਜਾਊਗਾ, ਜਾਵਾਂ ਇਹ ਵਿੱਚ ਪਾ ਕੇ ਦੇ ਮੈਂ ਸਕੂਲ। ਉੱਥੇ ਕੀ ਕੀ ਸੁਣਾਏਗਾ ਟੀਚਰ ਨੂੰ ਵੀ ਤੈਨੂੰ ਕੀ ਆਉਂਦਾ?
ਸੁਣਾਓ ਫਿਰ ਅੱਗੇ ਅੱਗੇ ਵੀ ਕੀ ਹੈ ਕਾਊਂਟਿੰਗ ਸੁਣਾ ਦੇ ਫਿਰ 1 to 10 ਇਹਨੂੰ ਤਾਂ ਬੰਦ ਕਰ ਦੇ ਕਰ ਦੂੰ ਪਹਿਲਾਂ 1 to 10 ਸੁਣਾਓ 1 2 3 4 6 7 8 9 3 ਤੋਂ ਬਾਅਦ ਸਿੱਧਾ 6 ਆ ਜਾਂਦਾ ਹੈ ਦੁਬਾਰਾ ਸੁਣਾਓ ਹੁਣ ਸੁਣਾਓ 1 to 10 1 2 3 4 ਅੱਗੇ ਬੋਲੋ ਬੋਲੋ 1 2 3 4 10 ਤੱਕ ਬੋਲੋ 1 2 3 4 5 6 ਵਿੱਚ ਵਿੱਚ ਐਲ ਆ ਗਈ ਆਉਂਦਾ ਨਹੀਂ ਖੁਸ਼ਮੀਤ ਨੂੰ ਕੁਛ ਹੁਣ ਇਹਦੇ ਡੰਡੇ ਪੈਣਗੇ ਸਕੂਲ ਜਾਊਗਾ ਖੁਸ਼ਮੀਤ ਫਰੈਂਡਸ ਖੁਸ਼ਮੀਤ ਨੂੰ ਜਿਹੜਾ ਸਕੂਲ ਜਾਣ ਦਾ ਵੀ ਬਹੁਤ ਜ਼ਿਆਦਾ ਚਾਅ ਹੈਗਾ ਗਾ ਅਤੇ ਵੈਸੇ ਅਸੀਂ ਸੋਚਿਆ ਸੀਗਾ ਵੀ ਆਹ ਜੁਲਾਈ ਅਗਸਤ ਜੀ ਚ ਉਦੋਂ ਵੀ ਲਾ ਦਾਂਗੇ ਇਹਨੂੰ ਚਲੋ ਪਲੇ ਸਕੂਲ 'ਚ ਵੀ ਕੁਛ ਟਾਈਮ ਵੀ ਚਲਿਆ ਜਾਊਗਾ ਅਤੇ ਫਿਰ ਵੀ ਨੈਕਸਟ ਈਅਰ ਵੀ ਸਕੂਲ 'ਚ ਜਾ ਉਡੂਗਾ ਅਤੇ ਬਟ ਵੀ ਉਹ ਜਿਹੜਾ ਵੀ ਸਾਰਾ ਕੁਛ ਬੰਦ ਹੋਣ ਕਰਕੇ ਅਸੀਂ ਵੀ ਨਹੀਂ ਲਾਇਆ ਹੈਗਾ ਵੀ ਜਮ੍ਹਾਂ ਘਰ ਹੀ ਸੀ ਫਿਰ ਅਤੇ ਇਹ ਬੈਗ ਜਿਹੜਾ ਇਹਦੇ ਮਾਮਾ ਹੀ ਲੈ ਕੇ ਆਏ ਸੀ ਬਰਥਡੇ 'ਤੇ ਗਿਫਟ ਮਿਲਿਆ ਗਾ ਅਤੇ ਬਸ ਇਹਨੂੰ ਰੋਜ਼ ਕੱਢ ਲੈਂਦਾ ਵਿੱਚ ਟਿਫਨ ਪਾ ਲੈਂਦਾ ਉਹਦੀ ਬੁੱਕਸ ਪਾ ਲੈਂਦਾ ਗਾ ਵੀ ਮੈਂ ਸਕੂਲ ਜਾਂਦਾ ਗਾ ਅਤੇ ਵਧੀਆ ਲੱਗਦਾ ਗਾ ਇਹਨੂੰ ਹੁਣ ਕਿਹਨਾਂ ਤਾਂ ਵੈਸੇ ਸਾਰਿਆਂ ਬੱਚਿਆਂ ਨੂੰ ਪਹਿਲਾਂ ਤਾਂ ਚਾਅ ਹੁੰਦਾ ਵੀ ਸਕੂਲ ਜਾਵਾਂਗੇ ਸਕੂਲ ਜਾਵਾਂਗੇ ਜਦੋਂ ਜਾਣ ਲੱਗ ਜਾਂਦੇ ਫਿਰ ਵੀ ਟਾਲਣ ਲੱਗ ਜਾਂਦੇ ਹੈਗੇ ਅਤੇ ਪਰ ਇਹ ਵੀ ਲੱਗਦਾ ਤਾਂ ਹੈ ਵੀ ਚਲਿਆ ਜਾਊਗਾ ਸਕੂਲ ਬਾਕੀ ਦੇਖੋ ਅਤੇ ਇਹਦਾ ਅੱਜ ਜਿਹੜਾ ਹੇਅਰ ਕੱਟ ਕਰਵਾਇਆ ਹੈਗਾ ਅਤੇ ਮੈਂ ਇਹਨੂੰ ਇਸ ਹੇਅਰ ਕੱਟ ਨੂੰ ਕਹਿੰਦੀ ਹੁੰਦੀ ਹਾਂ ਫੌਜੀਆਂ ਦਾ ਹੇਅਰ ਕੱਟ ਹੈਗਾ ਅਤੇ ਇੱਥੇ ਜਿਹੜਾ ਇਹ ਉਸੇ ਦਿਨ ਦੀ ਕਲਿੱਪ ਹੈਗੀ ਹੈਗੀ ਅਤੇ ਅੱਜ ਜਿਹੜੀ ਅਸੀਂ ਕਰ ਰਹੇ ਹਾਂ ਵੀ ਮੰਮੀ ਹੋਰੇ ਕਰ ਰਹੇ ਹੈਗੇ ਮੰਮੀ ਡੈਡੀ ਖੁਸ਼ਮੀਤ ਦੇ ਪਾਪਾ ਵੀ ਕਣਕ ਦੀ ਸਫਾਈ ਕਰ ਰਹੇ ਆ ਕਿਉਂਕਿ ਇਹਨੂੰ ਇੱਕ ਕੀੜਾ ਜਿਹਾ ਹੁੰਦਾ ਵੀ ਉਹ ਲੱਗ ਜਾਂਦਾ ਗਾ ਅਤੇ ਵੀ ਨਾਲੇ ਤਾਂ ਦਵਾਈ ਵਗੈਰਾ ਪਾ ਕੇ ਰੱਖਦੇ ਹਾਂ ਬਟ ਫਿਰ ਵੀ ਜਿਹੜਾ ਲੱਗ ਜਾਂਦਾ ਅਤੇ ਆਟਾ ਭਿਉਣ ਤੋਂ ਪਹਿਲਾਂ ਵੀ ਸਾਫ਼ ਕਰਨੀ ਪੈਂਦੀ ਹੈਗੀ ਇੰਨਾ ਕਿਵੇਂ ਪੈ ਗਿਆ ਅੱਧੀ ਜ਼ਿਆਦਾ ਅੱਧੀ ਕਣਕ ਹੈ ਜਿਹੜੀ ਵੀ ਸਮਝ ਲਓ ਵੀ ਉਹ ਖਾ ਚੁੱਕਿਆ ਗਾ ਉਹ ਮੇਰਾ ਨਾਮ ਨਹੀਂ ਯਾਦ ਆ ਰਿਹਾ ਵੀ ਉਹਨੂੰ ਕੀ ਕਹਿੰਦੇ ਹੈਗੇ ਹੁਣ ਅਤੇ ਹਾਂ ਸੱਚ ਖਪਰਾ ਕਹਿੰਦੇ ਉਹਨੂੰ ਵੀ ਖਪਰਾ ਲੱਗ ਜਾਂਦਾ ਗਾ ਇੱਕ ਕੀੜਾ ਜਿਹਾ ਹੁੰਦਾ ਸੂਡੀ ਟਾਈਪ ਜੀ ਅਤੇ ਵੈਸੇ ਤਾਂ ਇਹ ਮਰ ਹੀ ਜਾਂਦਾ ਗਾ ਬਟ ਉਹ ਮਤਲਬ ਉਹ ਫਿਰਦਾ ਹੀ ਰਹਿੰਦਾ ਗਾ ਫਿਰ ਵੀ ਅਤੇ ਆਹ ਦੇਖੋ ਜੀ ਆਹ ਇਹਨੂੰ ਖਪਰਾ ਕਹਿੰਦੇ ਆ ਸੁੰਡੀਆਂ ਟਾਈਪ ਜੇ ਹੁੰਦਾ ਵੈਸੇ ਇਹ ਬਿਲਕੁਲ ਖੋਖਲਾ ਹੈਗਾ ਇਹਦੇ 'ਚ ਮਤਲਬ ਹੈ ਨਹੀਂ ਗਾ ਕੀੜਾ ਵਗੈਰਾ ਅਤੇ ਵੈਸੇ ਸਾਰਾ ਮਰਿਆ ਹੋਇਆ ਪਰ ਪਤਾ ਨਹੀਂ ਕਿਵੇਂ ਵੀ ਅੱਧੀ ਜਿਹੜੀ ਕਣਕ ਉਹ ਜਮ੍ਹਾਂ ਖਾਧੀ ਗਈ ਹੈਗੀ ਅਤੇ ਸਾਰਾ ਚਿੱਟਾ ਚਿੱਟਾ ਹੋ ਗਿਆ ਜਿਹੜੀ ਕਣਕ ਖਾ ਚੁੱਕਿਆ ਅਤੇ ਅੱਗੇ ਦੀ ਕਲਿੱਪ ਹੈ ਜਿਹੜੀ ਫਰੈਂਡਸ ਇਹ ਥੋੜ੍ਹੀਆਂ ਜਿਹੀਆਂ ਕਲਿੱਪਾਂ ਖੁਸ਼ਮੀਤ ਨੇ ਬਣਾਈਆਂ ਹੋਈਆਂ ਅਤੇ ਇਹ ਦੁਪਹਿਰ ਬਾਅਦ ਦਾ ਟਾਈਮ ਆਗਾ ਅਤੇ ਸਾਡੇ ਕੱਪੜੇ ਵਗੈਰਾ ਵੀ ਸੁੱਕ ਗਏ ਸੀਗੇ ਅਤੇ ਮੈਂ ਕੱਪੜੇ ਉਤਾਰ ਰਹੀ ਸੀ ਅਤੇ ਮੈਂ ਖੁਸ਼ਮੀਤ ਨੂੰ ਕਿਹਾ ਹੈ ਵੀ ਮੇਰੀ ਵੀਡੀਓ ਬਣਾ ਦੇ ਅਤੇ ਉਹ ਗੱਲਾਂ ਗੱਲਾਂ 'ਚ ਉਹ ਭੁੱਲ ਜਾਂਦਾ ਗਾ ਤਾਂ ਜਿਹੜਾ ਫੋਨ ਨੂੰ ਵੀ ਉਹ ਨੀਚੇ ਕਰ ਲੈਂਦਾ ਫਿਰ ਉਦੋਂ ਵੀਡੀਓ ਨਹੀਂ ਬਣਦੀ ਹੈਗੀ ਅਤੇ ਬਾਕੀ ਉਹਨੇ ਪੂਰੀ ਕੋਸ਼ਿਸ਼ ਕਰੀ ਆ ਵੀ ਮੈਂ ਵੀਡੀਓ ਬਣਾ ਲਵਾਂ ਅਤੇ ਮੰਮੀ ਹੋਰੇ ਬਸ ਵੀ ਉੱਧਰ ਕਣਕ ਦੀ ਸਫਾਈ ਕਰ ਰਹੇ ਹੈਗੇ ਅਤੇ ਅਸੀਂ ਆਪਦਾ ਵੀ ਖੁਸ਼ਮੀਤ ਨੂੰ ਨਵਾ ਕੇ ਹੱਡੀ ਸੀਗੀ ਮੈਂ ਇੱਧਰ ਅਤੇ ਮੈਂ ਮੰਮੀ ਨੂੰ ਹੱਸ ਰਹੀ ਸੀ ਮੈਂ ਇੰਨਾ ਮੱਥਾ ਮਾਰਨ ਨਾਲ ਤਾਂ ਜਿਹੜਾ ਵੀ ਆਟੇ ਦੀ ਥੈਲੀ ਲਿਆ ਕੇ ਵੀ ਵਰਤ ਲਵੇ ਇੰਨਾ ਜ਼ਿਆਦਾ ਨਾਲ ਤਾਂ ਪਹਿਲਾਂ ਸਟੋਰ ਕਰਕੇ ਰੱਖਦੇ ਹੈਗੇ ਦਵਾਈ ਵਗੈਰਾ ਪਾਉਣੀ ਹੈਗੇ ਅਤੇ ਫਿਰ ਵੀ ਜਿਹੜੀ ਵੀ ਅੱਧੀ ਕਣਕ ਜਿਹੜੀ ਖਾਧੀ ਜਾਂਦੀ ਹੈਗੀ ਅਤੇ ਵੀ ਇਹ ਜਿਹੜਾ ਹੁਣ ਇਹ ਕਣਕ ਖਰਾਬ ਹੋਣ ਵਾਲਾ ਕੰਮ ਵੀ ਲਾਸਟ 'ਤੇ 4-5 ਸਾਲਾਂ ਤੋਂ ਹੀ ਜ਼ਿਆਦਾ ਹੋਇਆ ਗਾ ਪਹਿਲਾਂ ਇੰਨੀ ਖਰਾਬ ਨਹੀਂ ਹੁੰਦੀ ਸੀਗੀ ਕਣਕ ਅਤੇ ਪਹਿਲਾਂ ਤਾਂ ਡੱਬੀ ਵਗੈਰਾ ਪਾ ਕੇ ਰੱਖ ਦਿੰਦੇ ਸੀ ਜਾਂ ਨਿੰਮ ਦੇ ਡਾਣੀਆਂ ਹੀ ਪਾ ਕੇ ਰੱਖ ਦਿੰਦੇ ਸੀ ਪੱਤੇ ਵਗੈਰਾ ਅਤੇ ਉਹਦੇ ਨਾਲ ਹੀ ਸਾਫ਼ ਰਹਿੰਦੀ ਸੀਗੀ
ਤੇ ਬਟ ਹੁਣ ਤਾਂ ਵੀ ਹਰੇਕ ਥਾਈ ਲੱਗ ਜਾਂਦੀ ਹੈ, ਐਂ ਨਹੀਂ ਵੀ ਸਾਡੇ ਲੱਗ ਜਾਂਦੀ ਹੈ, ਮੇਰੇ ਪੇਕੇ ਘਰ ਵੀ ਬਿਲਕੁਲ ਜਿਹੜੀ ਕਣਕ ਖਰਾਬ ਹੋ ਜਾਂਦੀ ਹੈ, ਅਤੇ ਵੀ ਪਤਾ ਤਾਂ ਨਹੀਂ ਵੀ ਕਣਕਾਂ ਹੀ ਵੀ ਇਸ ਟਾਈਪ ਦੀਆਂ ਹੋ ਗਈਆਂ ਵੀ ਜ਼ਿਆਦਾ ਵੀ ਪੇਸਟੀਸਾਈਡ ਪੈਣ ਕਰਕੇ ਵੀ ਜਿਹੜੇ ਕੀੜੇ ਵੀ ਮਕੌੜੇ ਵੀ ਉਹਨਾਂ ਦੇ ਆਦੀ ਹੋ ਗਏ ਆ, ਉਵੇਂ ਉਹ ਡਿਵਲਪ ਹੋ ਗਿਆ ਵੀ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ ਗਾ, ਆਪਾਂ ਦਵਾਈ ਪਾਉਣੀ ਆ ਜਿਹੜੀ, ਅਤੇ ਇਹ ਪੱਖਾ ਚਲਾ ਕੇ ਪਹਿਲਾਂ ਸਾਫ਼ ਕਰੀ ਹੈਗੀ ਕਣਕ ਸਾਰੀ, ਅਤੇ ਫਿਰ ਇਹਨੂੰ ਨਾਲੇ ਧੋਣੀ ਹੈਗੀ ਵੀ ਧੋਵਾਂਗੇ, ਧੋ ਕੇ ਵੀ ਸਾਫ਼ ਹੋਊਗੀ ਫਿਰ। ਦਾਦੀ ਹਾਂਜੀ ਬੋਲੋ ਜੀ, ਮੇਰੇ ਟੱਬਰ ਪਾਏ ਜਾਂਦੇ। ਫਰੈਂਡਸ ਇੱਥੇ ਜਿਹੜੀ ਆਪਣੀ ਕਣਕ ਆਟਾ ਪਿਆਉਣ ਵਾਲੀ ਵੀ ਉਹ ਧੋਤੀ ਗਈ ਹੈ, ਅਤੇ ਹੁਣ ਇਹਨੂੰ 2-3 ਦਿਨ ਧੁੱਪ ਲਵਾਵਾਂਗੇ ਚੰਗੀ ਤਰ੍ਹਾਂ, ਅਤੇ ਫਿਰ ਜਿਹੜਾ ਆਟਾ ਪਿਸਾਇਆ ਜਾਊਗਾ ਅਤੇ ਰੋਟੀਆਂ ਖਾਣੀਆਂ ਸੌਖੀਆਂ, ਅਤੇ ਉਹ ਤੋਂ ਪਹਿਲਾਂ ਜਿਹੜਾ ਵੀ ਕੰਮ ਕਰਨਾ ਵੀ ਬਹੁਤ ਔਖਾ, ਕਾਫੀ ਟਾਈਮ ਮਿਹਨਤ ਲੱਗ ਜਾਂਦੀ ਹੈਗੀ, ਅਤੇ ਇਹਦੇ ਵਿੱਚ ਮੈਂ ਨਹੀਂ ਕਰਿਆ ਗਿਆ, ਇਹ ਕੁਛ ਮੰਮੀ ਹੋਰਿਆਂ ਨੇ ਕਰਿਆ, ਮੰਮੀ ਡੈਡੀ ਅਤੇ ਖੁਸ਼ਮੀਤ ਦੇ ਪਾਪਾ ਲੱਗ ਗਏ ਸੀਗੇ। ਅਤੇ ਚਲੋ ਜੀ, ਉਮੀਦ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਊ, ਜੇ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਚਲੋ ਜੀ ਮਿਲਦੇ ਹਾਂ ਆਪਾਂ ਨੈਕਸਟ ਵਲੋਗ 'ਚ, ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।